ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤੇ ਮੈਂ ਕਵਿਤਾ ਸਿੰਘ ਹਾਜ਼ਰ ਜੀ ਇਸ ਵੇਲੇ ਸਾਡੇ ਨਾਲ ਨੇ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਕ੍ਰੀਏਟਿਵ ਫਿਊਚਰ ਤੋਂ ਮੈਡਮ ਗੁਰਪ੍ਰੀਤ ਮੈਮ ਸਤਿ ਸ਼੍ਰੀ ਅਕਾਲ ਵੈਲਕਮ ਟੂ ਦੀ ਸ਼ੋਅ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਇਹ ਲਾਈਵ ਪ੍ਰੋਗਰਾਮ ਹੈ ਜੀ ਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਆਪਣੀ ਪ੍ਰੋਫਾਈਲ ਜ਼ਰੂਰ ਡਿਸਕਸ ਕਰ ਸਕਦੇ ਹੋ ਸੋ ਇਸ ਵਾਰੀ ਜੀ ਕਈ ਵਾਰੀ ਮੈਂ ਨੋਟ ਜ਼ਰੂਰ ਕਰਦੀ ਹਾਂ ਕਿ ਮੋਸਟਲੀ ਜਿਹੜੇ ਸਾਡੇ ਸਟੂਡੈਂਟਸ ਨੇ ਜਿਨ੍ਹਾਂ ਨੇ ਅਪਲਾਈ ਕਰਨਾ ਹੁੰਦਾ ਸਟੱਡੀ ਵੀਜ਼ਾ ਦੇ ਬਾਰੇ ਪੁੱਛਦੇ ਨੇ ਸੋ ਪ੍ਰੋਫਾਈਲ ਮੋਸਟਲੀ 1 ਚੋਂ 5.5 ਅਤੇ ਅੱਜ ਖਾਸ ਤੌਰ 'ਤੇ ਅਸੀਂ ਸਾਡੇ ਉਹਨਾਂ ਸਟੂਡੈਂਟਸ ਦੀ ਗੱਲ ਕਰਨੀ ਹੈ ਜੀ ਜਿਨ੍ਹਾਂ ਦੇ 1 ਮੈਡਿਊਲ 'ਚੋਂ 5.5 ਨੇ ਅਤੇ ਅਪਲਾਈ ਕਰਨਾ ਹੈਗਾ ਕੈਨੇਡਾ ਸਟੱਡੀ ਵੀਜ਼ਾ ਦੇ ਵਾਸਤੇ ਸੋ ਬਾਕੀ ਤੁਹਾਡੀ ਚੋਇਸ ਵੀ ਜ਼ਰੂਰ ਰਹੇਗੀ ਜੀ ਆਪਣੀ ਪ੍ਰੈਫਰੈਂਸ ਜ਼ਰੂਰ ਦੱਸਣੀ ਹੈ ਜਿਹੜੇ ਵੀ ਸਟੂਡੈਂਟ ਸਾਡੇ ਨਾਲ ਜੁੜਨਗੇ ਕਿ ਤੁਸੀਂ ਕਿਹੜੀ ਕੰਟਰੀ ਦੇ ਵਿੱਚ ਜਾਣਾ ਕਿਉਂਕਿ CFC ਜਿਹੜਾ ਸੀ ਕ੍ਰੀਏਟਿਵ ਫਿਊਚਰ ਹਰ ਕੰਟਰੀ ਦੇ ਵਿੱਚ ਸਾਡੇ ਸਟੂਡੈਂਟਸ ਨੂੰ ਸੈਟਲ ਕਰਨ ਦੇ ਵਿੱਚ ਮਦਦ ਕਰਦੇ ਨੇ ਸੋ ਫਿਲਹਾਲ ਜੀ ਜਿੰਨਾ ਸਟੂਡੈਂਟਸ ਦੀਆਂ ਰਿਫਿਊਜ਼ਲ ਆਈਆਂ ਨੇ ਅਸੀਂ ਉਹਨਾਂ ਦੇ ਵੀ ਗੱਲ ਕਰਾਂਗੇ ਮੇਨ ਇਨਟੇਕ ਦੀ ਗੱਲ ਕਰਾਂਗੇ ਬਟ ਉਸ ਤੋਂ ਪਹਿਲਾਂ ਕਿਉਂਕਿ ਜਨਵਰੀ ਦਾ ਹੁਣ ਕਾਫੀ ਜ਼ਿਆਦਾ ਜਿਹੜਾ ਹੈਗਾ ਚੱਲ ਰਿਹਾ ਗੱਲਬਾਤ ਕਿ ਰਿਜ਼ਲਟਸ ਨੂੰ ਲੈ ਕੇ CFC ਦੇ ਰਿਜ਼ਲਟਸ ਕਿੱਦਾਂ ਦੇ ਨੇ ਜਨਵਰੀ ਇਨਟੇਕ ਮੈਮ ਅੱਛੇ ਰਿਜ਼ਲਟਸ ਨੇ ਕਿਤੇ ਨਾ ਕਿਤੇ ਸਾਡਾ ਬੱਚਾ ਜਿਹੜਾ ਡਿਲੇ ਜਦੋਂ ਕਰਦਾ ਹੈ ਉਦੋਂ ਥੋੜ੍ਹੀ ਜਿਹੀ ਸਾਨੂੰ ਦਿੱਕਤ ਆਉਂਦੀ ਹੈ ਕਿਉਂਕਿ ਸਾਡੇ ਕੋਲ ਬੱਚੇ ਕਾਫੀ ਹਜੇ ਪੈਂਡੈਂਸੀ 'ਚ ਬੈਠੇ ਨੇ ਜਿਨ੍ਹਾਂ ਦੀਆਂ ਬਾਇਓਮੈਟ੍ਰਿਕਸ ਡੇਟਸ ਜਿਹੜੀਆਂ ਬੁੱਕ ਨਹੀਂ ਹੋ ਪਾਈਆਂ ਅਸੀਂ ਉਹਨਾਂ ਨੂੰ ਮਈ ਇਨਟੇਕ ਲਈ ਰੈਫਰ ਕਰ ਰਹੇ ਹਾਂ ਅਤੇ ਬਾਕੀ ਜਨਵਰੀ ਦੇ ਰਿਜ਼ਲਟਸ ਅੱਛੇ ਨੇ ਔਰ ਸਾਰਾ ਕੁਝ ਬੈਕ ਟੂ ਨੋਰਮਲ ਹੋਇਆ ਹੈ ਜਿਵੇਂ ਆਸਟ੍ਰੇਲੀਆ ਵੀ ਓਪਨ ਹੋ ਚੁੱਕਿਆ ਹੈ ਅਤੇ ਬੱਚਿਆਂ ਦੇ ਲਈ ਅੱਛੀਆਂ ਅੱਛੀਆਂ ਜਿਹੜੀਆਂ ਨਿਊਜ਼ ਆ ਉਹ ਦੇਖਣ ਨੂੰ ਮਿਲ ਰਹੀਆਂ ਔਰ ਬੱਚੇ ਅੱਗੇ ਜੇ ਆਪਾਂ ਦੇਖੀਏ ਕਿ ਬੱਚਿਆਂ ਦਾ ਮਈ ਇਨਟੇਕ ਕਿਵੇਂ ਦਾ ਰਹੂਗਾ ਉਹ ਵੀ ਬਹੁਤ ਅੱਛਾ ਜਾਣ ਵਾਲਾ ਔਰ ਆਸਟ੍ਰੇਲੀਆ ਨੇ ਵੀ ਕਿਤੇ ਨਾ ਕਿਤੇ ਮੂਡ ਬਣਾ ਲਿਆ ਫੈਬ ਇਨਟੇਕ ਲਈ ਜੇ ਬੱਚੇ ਅਪਲਾਈ ਕਰਨਾ ਚਾਹੁੰਦੇ ਆ ਫੈਬ ਲਈ ਵੀ ਅਪਲਾਈ ਕਰ ਸਕਦੇ ਨੇ ਆਸਟ੍ਰੇਲੀਆ ਵਾਲੇ ਮਾਰਚ ਲਈ ਵੀ ਅਪਲਾਈ ਕਰ ਸਕਦੇ ਨੇ ਔਰ ਜਨਵਰੀ ਇਨਟੇਕ ਦੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਰਿਜ਼ਲਟਸ ਜਿਹੜੇ ਉਹ ਕਿਵੇਂ ਰਹੇ ਨੇ ਕੈਨੇਡਾ ਦੇ ਬਹੁਤ ਅੱਛੇ ਰਿਜ਼ਲਟਸ ਰਹੇ ਨੇ ਹੋਪਫੁਲੀ 90-80% ਜਿਹੜੇ ਰਿਜ਼ਲਟ ਨੇ ਪੋਜ਼ਿਟਿਵ ਆਏ ਨੇ ਬੱਚਿਆਂ ਦੇ ਜੀ ਗ੍ਰੇਟ ਸੋ ਆਈ ਐਮ ਸ਼ੋਰ ਜੀ ਹੁਣ ਜਿੰਨਾ ਬੱਚਿਆਂ ਦੇ ਰਿਜ਼ਲਟਸ ਵਧੀਆ ਆਏ ਨੇ ਖੈਰ ਉਹਨਾਂ ਵਾਸਤੇ ਤਾਂ ਮੌਕਾ ਕਿ ਤੁਸੀਂ ਟਰੈਵਲ ਵੀ ਨਾਲ ਦੇ ਨਾਲ ਕਰ ਸਕਦੇ ਹੋ ਅਤੇ ਆਪਣਾ ਜਨਵਰੀ ਇਨਟੇਕ ਜਿਹੜਾ ਹੈਗਾ ਕਲਾਸਿਸ ਅਟੈਂਡ ਕਰ ਸਕਦੇ ਹੋ ਅਤੇ ਪਹੁੰਚ ਕੇ ਵੀ ਬਟ ਇਸ ਤੋਂ ਇਲਾਵਾ ਜਿਨ੍ਹਾਂ ਦੇ ਰਿਜ਼ਲਟਸ ਨਹੀਂ ਇਸ ਵਾਰੀ ਜਿਨ੍ਹਾਂ ਨੂੰ ਪੋਜ਼ਿਟਿਵ ਮਿਲੇ ਜਾਂ ਰਿਜੈਕਸ਼ਨਸ ਆਈਆਂ ਨੇ ਮੈਂ ਉਹਨਾਂ ਸਟੂਡੈਂਟਸ ਦੀ ਗੱਲ ਕਰ ਰਹੀ ਹਾਂ ਜੀ ਤੁਹਾਡੇ ਵਾਸਤੇ ਵੀ ਅਸੀਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਲੈਂਦੇ ਹਾਂ ਐਂਡ ਮੇ ਇਨਟੇਕ 5.5 ਇੱਕ ਮੈਡਿਊਲ ਦੇ ਵਿੱਚ ਜਿੰਨਾ ਵੀ ਸਟੂਡੈਂਟਸ ਨੇ ਨਾ ਕਾਇੰਡਲੀ ਤੁਸੀਂ ਕਾਲ ਕਰਕੇ ਜ਼ਰੂਰ ਪੁੱਛ ਲਿਓ ਅੱਛਾ ਕਾਲਜਸ ਅਵੇਲੇਬਲ ਹੈਗੇ ਨੇ SDS ਮਿਲਦਾ ਇੱਦਾਂ ਦੇ ਸਟੂਡੈਂਟਸ ਨੂੰ ਜਾਂ ਫਿਰ ਨੋਨ SDS ਦੇ ਵਿੱਚ ਅਪਲਾਈ ਕਰ ਮੈਮ 1 ਚੋਂ 5.5 ਲਈ ਨਾਇਗਰਾ ਹੋ ਗਿਆ ਸੈਂਟ ਕਲੇਅਰ ਹੋ ਗਿਆ ਸੈਨਿਕਲ ਕਾਲਜ ਹੈਗਾ ਕਾਫੀ ਕਾਲਜਸ ਨੇ ਜਿਹੜੇ 1 ਚੋਂ 5.5 ਦੇ ਬੱਚਿਆਂ ਨੂੰ SDS ਕਾਲਜ ਜਿਹੜੇ ਐਡਮਿਸ਼ਨ ਦੇਣ ਲਈ ਤਿਆਰ ਨੇ ਔਰ ਬੱਚੇ ਨੂੰ ਜੇ SDS ਕਾਲਜ ਮਿਲ ਰਿਹਾ 1 ਚੋਂ 5.5 ਆ ਬੱਚੇ ਦੇ ਮਨ ਦੇ ਵਿੱਚ ਬੜੀ ਕਨਫਿਊਜ਼ਨ ਹੁੰਦੀ ਹੈ ਕਿ ਮੇਰਾ ਵੀਜ਼ਾ ਲੱਗੂਗਾ ਕਿ ਨਹੀਂ ਲੱਗੂਗਾ ਜੇ ਆਪਾਂ SDS ਕਾਲਜ ਲੈ ਲਿਆ ਔਰ ਬਿਨਾਂ ਗੈਪ ਵਧਾਏ ਆਪਾਂ ਅਪਲਾਈ ਕਰ ਲਿਆ ਤੇ ਅੱਜ ਆਪਾਂ ਵੀਜ਼ਾ ਲੈ ਲਾਂਗੇ ਜੇ ਆਪਾਂ ਆਈਲਟਸ ਨੂੰ ਹੀ ਲੈਂਗੁਏਜ ਨੂੰ ਹੀ ਇੱਕ ਡਿਗਰੀ ਬਣਾ ਦਿੱਤਾ ਫਿਰ ਆਪਣੇ ਲਈ ਵੀਜ਼ਾ ਗ੍ਰਾਂਟ ਕਰਾਉਣਾ ਮੁਸ਼ਕਿਲ ਹੋ ਜਾਏਗਾ ਯਾਨੀ ਟਾਈਮ ਅਸੀਂ ਖਰਾਬ ਨਾ ਕਰੀਏ ਟਾਈਮ ਨਾ ਹਾਂ ਅਪਲਾਈ ਦੇ ਵਾਸਤੇ ਐਡਮਿਸ਼ਨ ਹੋਏਗੀ ਜਾਂ ਨਹੀਂ ਉਹ ਜ਼ਰੂਰ ਪੁੱਛਾਂਗੇ ਬਟ ਫਿਲਹਾਲ ਕਾਲਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਮੈਂ ਹਰਦੀਪ ਗੱਲ ਕਰ ਰਿਹਾ ਹਾਂ ਜੀ ਕੀ ਸਵਾਲ ਹੈ ਮੈਂ ਬੀਟੈਕ ਕੀਤੀ ਹੋਈ ਹੈ ਜੀ 2021 ਪਾਸ ਆਊਟ ਓਕੇ ਠੀਕ ਹੈ ਐਂਡ ਓਵਰਆਲ 66 ਸੀ ਚਲੀ ਠੀਕ ਹੈ ਰਾਈਟ ਰਾਈਟ ਤੇ ਮੈਂ ਮੇਨ ਇਨਟੇਕ ਬਾਰੇ ਪੁੱਛਣਾ ਜੀ ਐਡਮਿਸ਼ਨ ਬਾਰੇ ਜੀ ਅੱਜ ਅਸੀਂ ਮੇਨ ਇਨਟੇਕ ਦੀ ਹੀ ਗੱਲ ਕਰ ਰਹੇ ਹਾਂ ਤੇ ਤੁਸੀਂ ਜਵਾਬ ਟੀਵੀ ਦੇ ਉੱਪਰ ਸੁਣ ਲਓ ਪਲੀਜ਼ ਔਰ ਕੱਲ ਦੇ ਦਿਨ ਮਈ ਇਨਟੇਕ ਦੀ ਜਿਹੜੀ ਸੀਟ ਹੈ ਉਹ ਸਾਨੂੰ ਕਿਤੇ ਨਾ ਕਿਤੇ ਮਿਲ ਜੂਗੀ ਬਟ ਜਿਹੜੀ ਸਾਡੀ ਫਾਈਲ ਹੈ ਉਹ ਡਿਲੇ ਹੋ ਜਾਂਦੀ ਹੈ ਜਿਵੇਂ ਅੱਜ ਸਾਡਾ ਬੱਚਾ ਫੇਸ ਕਰ ਰਿਹਾ ਉਹਨੂੰ ਬਾਇਓਮੈਟ੍ਰਿਕ ਦੀ ਡੇਟ ਨਹੀਂ ਮਿਲ ਰਹੀ ਕਿਤੇ ਨਾ ਕਿਤੇ ਉਹ ਇਹਨਾਂ ਚੀਜ਼ਾਂ ਨਾਲ ਉਲਝ ਰਿਹਾ ਔਰ ਕਾਫੀ ਜਨਵਰੀ ਇਨਟੇਕ ਵਾਲਾ ਬੱਚਾ ਅਸੀਂ ਮਈ ਇਨਟੇਕ ਲਈ ਰੈਫਰ ਕਰ ਰਹੇ ਹਾਂ ਕਿਉਂਕਿ ਬਾਇਓਮੈਟ੍ਰਿਕ ਦੀ ਡੇਟ ਮਿਲਣਾ ਸਭ ਤੋਂ ਵੱਡਾ ਇਸ ਟਾਈਮ ਸਵਾਲ ਬਣ ਗਿਆ ਬੱਚਿਆਂ ਲਈ ਸਭ ਤੋਂ ਵੱਡਾ ਕੰਮ ਬਣ ਗਿਆ ਇਸ ਕਰਕੇ ਬੱਚੇ ਨੂੰ ਟਾਈਮ ਰਹਿੰਦੇ ਅਪਲਾਈ ਕਰ ਲੈਣਾ ਚਾਹੀਦਾ ਡਿਲੇ ਨਹੀਂ ਕਰਨਾ ਚਾਹੀਦਾ ਔਰ ਦੂਸਰੀ ਗੱਲ ਆ ਕਵਿਤਾ ਜੀ ਕਿਤੇ ਨਾ ਕਿਤੇ ਬੱਚਾ ਹਜੇ PT ਸਕੋਰ ਨੂੰ ਲੈ ਕੇ ਅਵੇਅਰ ਨਹੀਂ ਹੋਇਆ ਕਿਉਂਕਿ ਜੋ PT ਸਕੋਰ ਦੀ ਕੈਲਕੂਲੇਸ਼ਨ ਪਹਿਲਾਂ ਆਈਲੈਟ ਸਕੋਰ 'ਤੇ ਚੱਲ ਰਹੀ ਸੀ ਉਹੀ ਬੱਚਾ ਅੱਜ ਲੈ ਕੇ ਘੁੰਮ ਰਿਹਾ ਮੇਰੇ ਕੋਲ ਇੱਕ ਕੱਲ੍ਹ ਸਟੂਡੈਂਟ ਸੀ ਮੈਂ ਉਹਨੂੰ ਡੀਲ ਕੀਤਾ ਉਹਦੇ 45 ਸੀਗੇ ਔਰ ਉਹ 45 ਜਿਹੜੇ ਉਹਦੇ ਸਕੋਰ ਸੀ
ਉਹਨੂੰ ਉਹ 5.5 ਆਈਲੈਟਸ ਸਕੋਰ ਕਾਊਂਟ ਕਰ ਰਿਹਾ ਸੀਗਾ, 45 ਨੂੰ ਆਪਾਂ 5.5 ਨਹੀਂ 6 ਕਾਊਂਟ ਕਰਾਂਗੇ, ਅਤੇ ਉਹ ਬੱਚੇ ਦਾ 6 ਈਚ ਆਈਲੈਟ ਸਕੋਰ ਸੀ ਪੀ ਟੀ ਦਾ ਜੇ ਮੈਂ ਕੈਲਕੂਲੇਸ਼ਨ ਕਰਾਂ। ਅਤੇ ਇਵੇਂ ਦੇ ਬੱਚੇ ਜਿਹੜੇ ਪੀ ਟੀ ਵਾਲੇ ਸਾਡੇ ਬੈਠੇ ਨੇ, ਉਹਨਾਂ ਦੇ ਮਨ 'ਚ ਕੋਈ ਕੁਐਸਚਨ ਹੈ, ਸਵਾਲ ਹੈ, ਉਹ ਸਾਡੇ ਨਾਲ ਮੀਟਿੰਗ ਵੀ ਲੈ ਸਕਦੇ ਨੇ, ਫੋਨ ਕਾਲ 'ਤੇ ਵੀ ਪੁੱਛ ਸਕਦੇ ਨੇ। ਪੀ ਟੀ ਦੀ ਕੈਲਕੂਲੇਸ਼ਨ ਨੂੰ ਆਈਲੈਟਸ 'ਤੇ ਥੋੜ੍ਹਾ ਜਿਹਾ ਹਾਇਰ ਲੈ ਕੇ ਦੇਖਿਆ, ਜਿਹੜੀ ਆ ਕੈਲਕੂਲੇਸ਼ਨ ਇਸ ਟਾਈਮ ਕੀਤੀ ਜਾ ਰਹੀ ਹੈ, ਜਿਹੜੇ 45 ਤੋਂ ਲੈ ਕੇ 50 ਵਾਲੇ ਬੱਚੇ ਨੇ ਉਹਨਾਂ ਨੂੰ 6 ਕੰਸੀਡਰ ਕੀਤਾ ਜਾ ਰਿਹਾ। ਇਸ ਕਰਕੇ ਤੁਸੀਂ ਭੁਲੇਖੇ ਦੇ ਵਿੱਚ ਬੈਠੇ ਹੋਏ ਘਰੇ ਡਿਲੇ ਨਾ ਕਰੋ, ਤੁਸੀਂ ਅਪਲਾਈ ਕਰ ਸਕਦੇ ਹੋ। ਸਗੋਂ ਪੀ ਟੀ ਵਾਲੇ ਸਕੋਰ ਵਾਲੇ ਬੱਚਿਆਂ ਦੇ ਲਈ ਅੱਜ ਅੱਛਾ ਮੌਕਾ ਹੈ, ਕੈਨੇਡਾ ਵੀ ਅਪਲਾਈ ਕਰ ਸਕਦੇ ਨੇ, ਆਸਟ੍ਰੇਲੀਆ ਵੀ ਅਪਲਾਈ ਕਰ ਸਕਦੇ ਜੀ। ਸੋ ਜਿੱਥੇ ਅਸੀਂ ਆਇਲਸ ਨਾਲ ਅਪਲਾਈ ਕਰਦੇ ਉੱਥੇ ਪੀ ਟੀ ਵਾਲੇ ਸਟੂਡੈਂਟਸ ਵੀ ਅਪਲਾਈ ਜ਼ਰੂਰ ਕਰਨ ਜੀ। ਅਤੇ ਇਸ ਵਾਰੀ ਤੁਹਾਡੇ ਕੋਲ ਹੁਣ ਮੇ ਦਾ ਮੌਕਾ ਹੈਗਾ ਜੋ ਕਿ ਅਸੀਂ ਨਹੀਂ ਗਵਾਉਣਾ ਫਿਲਹਾਲ। ਦੇਸ਼ ਪ੍ਰਦੇਸ ਲਾਈਵ ਪ੍ਰੋਗਰਾਮ ਦੇਖ ਲਓ ਜੀ, ਅਤੇ ਨੰਬਰ ਤੁਹਾਡੀ ਸਕਰੀਨ ਦੇ ਉੱਤੇ, ਜਦੋਂ ਤੁਸੀਂ ਕਾਲ ਕਰਕੇ ਆਪਣੀਆਂ ਪ੍ਰੋਫਾਈਲਸ ਡਿਸਕਸ ਕਰ ਸਕਦੇ ਹੋ। ਮੇ ਇਨਟੇਕ ਨੂੰ ਲੈ ਕੇ ਕੋਈ ਸਵਾਲ ਹੈ, ਕਾਲਜਸ ਨੂੰ ਲੈ ਕੇ ਕੋਈ ਸਵਾਲ ਹੈ, ਆਪਣੇ ਆਇਲਟਸ ਸਕੋਰ ਜਿਹੜਾ ਜ਼ਰੂਰ ਡਿਸਕਸ ਕਰ ਸਕਦੇ ਹੋ, ਅਤੇ ਜਾਣ ਸਕਦੇ ਹੋ ਵੀ ਮੇ ਦੇ ਵਾਸਤੇ ਤੁਹਾਨੂੰ ਐਡਮਿਸ਼ਨ ਮਿਲੇਗੀ ਜਾਂ ਫਿਰ ਨਹੀਂ। ਸਾਡੇ ਨੈਕਸਟ ਕਾਲਰ, ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਹਾਂਜੀ ਕੌਣ ਬੋਲ ਰਹੇ ਹੋ? ਕੁਆਲੀਫਿਕੇਸ਼ਨ ਕੀ ਹੈ, ਤੁਸੀਂ ਪੜ੍ਹੇ ਕਿੰਨਾ? ਮੈਂ ਪਲੱਸ 2 ਕੀਤੀ ਹੈ ਕਮਰਸ ਦੀ, 55% ਕਮਰਸ ਚ। ਦੇਖੋ ਮੈਮ, ਕੋਰਸ ਤਾਂ ਠੀਕ ਆ ਬੱਚੇ ਦਾ, ਕੋਰਸ ਨੂੰ ਮੈਂ ਰੈਲੇਵੈਂਸੀ ਨਹੀਂ ਕਾਊਂਟ ਕਰੂੰਗੀ। ਔਰ ਜਿਹੜੀ ਰਿਫਿਊਜ਼ਲ ਦਾ ਰੀਜ਼ਨ ਦਿੱਤਾ ਵੀਜ਼ਾ ਅਫਸਰ ਨੇ, ਕਿਤੇ ਨਾ ਕਿਤੇ ਆਪਾਂ ਫੰਡਿੰਗ ਨੂੰ ਲੈ ਕੇ ਵੀ ਇਹ ਚੀਜ਼ ਚੈੱਕ ਕਰ ਸਕਦੇ ਹਾਂ ਕਿ ਆਪਾਂ ਫੰਡਿੰਗ ਕੀ ਲਾਈ ਸੀਗੀ, ਆਪਣੇ ਫੰਡ ਕਿਵੇਂ ਦੇ ਸੀਗੇ, ITR ਜਿਹੜੀ ਆਪਾਂ ਪੇ ਕੀਤੀ ਆ, ਜਿਹੜੀ 6 ਮੰਥ ਦੀ ਆਪਣੀ ਬੈਂਕਿੰਗ ਦਿੱਤੀ ਆ, ਉਹ ਸਾਰੀਆਂ ਬਿਜ਼ਨਸ ਦਾ ਕੀ ਤੁਹਾਡਾ ਸੀਗਾ, ਜਿਹੜਾ ਤੁਸੀਂ ਆਪਣਾ ਅੱਗੇ ਡਾਕੂਮੈਂਟ ਦਿੱਤਾ, ਉਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ। ਉਸ ਤੋਂ ਬਾਅਦ ਆਪਾਂ ਜੱਜ ਕਰ ਸਕਦੇ ਹਾਂ ਕਿ ਕਿਹੜੀ ਚੀਜ਼ ਕਰਕੇ ਵੀਜ਼ਾ ਅਫਸਰ ਨੂੰ ਲੱਗਿਆ ਕਿ ਤੁਸੀਂ ਇੰਡੀਆ ਵਾਪਸ ਨਹੀਂ ਆਓਗੇ, ਔਰ ਤੁਸੀਂ ਉੱਥੇ ਜਿਹੜਾ ਹੈ ਉਹ ਪੱਕਾ ਰਹਿਣ ਦੇ ਲਈ ਤੁਹਾਡਾ ਮਕਸਦ ਹੈ ਜਾਣਾ, ਔਰ ਕੱਲ੍ਹ ਦੇ ਦਿਨ ਤੁਸੀਂ ਉਸ ਕੰਟਰੀ ਨੂੰ ਲੀਵ ਨਹੀਂ ਕਰੋਗੇ। ਇਹ ਰੀਜ਼ਨ ਅਕਸਰ ਸਟੂਡੈਂਟਸ ਦਾ ਆਉਂਦਾ ਹੈ, ਅਤੇ ਇਸ ਰੀਜ਼ਨ ਦਾ ਮੇਜਰ ਜਿਹੜਾ ਰੀਜ਼ਨ ਰਹਿੰਦਾ ਕਿਤੇ ਨਾ ਕਿਤੇ ਤੁਹਾਡੀ ਫੰਡਿੰਗ ਨੂੰ ਲੈ ਕੇ, ਫਾਈਨੈਂਸ਼ੀਅਲ ਡਾਕੂਮੈਂਟਸ ਨੂੰ ਲੈ ਕੇ ਵੀਜ਼ਾ ਅਫਸਰ ਸੈਟਿਸਫਾਈ ਨਹੀਂ ਹੁੰਦਾ ਜੀ। ਸੋ ਨੈਕਸਟ ਕਾਲਰ, ਹੈਲੋ ਹੈਲੋ ਮੈਮ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਟੂਡੈਂਟ ਕਿੱਥੇ ਗਲਤੀ ਕਰ ਬੈਠਦਾ ਵੀ ਅਸੀਂ ਇਹ ਮੰਨੀਏ ਵੀ ਹਾਂਜੀ ਸਟੂਡੈਂਟ ਦੀ ਗਲਤੀ ਕਰਕੇ ਰਿਫਿਊਜ਼ਲ ਆ ਗਈ ਆ? ਦੇਖੋ ਮੈਮ, ਸਟੂਡੈਂਟ ਕਿਤੇ ਨਾ ਕਿਤੇ ਓਵਰ ਕੌਨਫੀਡੈਂਸ ਵੀ ਹੁੰਦਾ ਹੈ, ਜਿਵੇਂ 6 ਈਚ ਵਾਲਾ ਸਟੂਡੈਂਟ ਨੂੰ ਲੱਗਦਾ ਕਿ ਮੇਰੇ 6 ਈਚ ਆਈਲੈਟ ਸਕੋਰ ਜਿਹੜਾ ਆ ਚੁੱਕਿਆ, ਅਤੇ ਹੁਣ ਮੈਨੂੰ ਬਸ ਵੀਜ਼ਾ ਅਫਸਰ ਨੇ ਵੀਜ਼ਾ ਗ੍ਰਾਂਟ ਕਰਨਾ ਅਤੇ ਮੈਂ ਫਲਾਈ ਕਰ ਜਾਣਾ। ਇੱਥੇ ਕਿਤੇ ਨਾ ਕਿਤੇ ਸਟੂਡੈਂਟ ਗਲਤੀ ਕਰਦਾ ਆਪਣੇ ਡਾਕੂਮੈਂਟਸ ਨੂੰ ਲੈ ਕੇ, ਕਿ ਉਹ ਲਾਪਰਵਾਹੀ ਨਾਲ ਡਾਕੂਮੈਂਟ ਲਾਉਂਦਾ, ਜਾਂ ਆਪਣੇ ਕੰਸਲਟੈਂਟ ਨੂੰ ਫੋਲੋ ਨਹੀਂ ਕਰ ਪਾਉਂਦਾ, ਜਾਂ ਕੰਸਲਟੈਂਟ ਦੀ ਕੋਈ ਗਲਤੀ ਹੈ ਕਿ ਉਹਨੇ ਤੁਹਾਨੂੰ ਡਾਕੂਮੈਂਟਸ ਨਹੀਂ ਗਾਈਡ ਕੀਤੇ ਪ੍ਰੋਪਰ ਤਰੀਕੇ ਨਾਲ, ਔਰ ਕਿਤੇ ਨਾ ਕਿਤੇ ਸਟੂਡੈਂਟ ਸਾਡਾ ਸਿਆਣਾ ਵੀ ਬਣ ਰਿਹਾ ਕਿ ਮੇਰਾ ਤਾਂ SDS ਕੇਸ ਹੈ, ਮੈਂ ਨੋਨ SDS ਵਾਲੇ ਜਿਹੜੇ ਰੂਲ ਰੈਗੂਲੇਸ਼ਨਸ ਵਾਲੀ ਬੈਂਕਿੰਗ ਕਿਉਂ ਦੇਵਾਂ। ਔਰ ਕਿਤੇ ਨਾ ਕਿਤੇ ਇਹ ਜਿਹੜਾ ਡਾਕੂਮੈਂਟਸ ਦੀ ਚੈੱਕਲਿਸਟ ਦੇ ਵਿੱਚ ਹੈ, 6 ਮੰਥ ਦੀ ਜਿਹੜੀ ਬੈਂਕਿੰਗ ਦੇ ਵਿੱਚ, ਕੁਛ ਨਾ ਕੁਛ ਅਮਾਊਂਟ ਤੁਹਾਡੀ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਹੈ, ਬੈਂਕਿੰਗ ਜ਼ਰੂਰ ਤੁਸੀਂ ਆਪਣੀ ਦਿਓ ਜੀ। ਨੈਕਸਟ ਕਾਲ, ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਸਰ, ਹਾਂਜੀ ਕੀ ਸਵਾਲ ਹੈ, ਕੀ ਪੁੱਛਣਾ?
ओके ठीक है ठीक है जी राइट तो मैं प्लस टू की है 2020 से कॉमर्स पे मेरे 73% में। ओके ठीक है राइट। तो मैम मैं और पूछना चाहती हूँ वीजा आने चांसेस है ना। वीजा आने कॉलेज केड़ा है तो अड्डा कॉलेज में कैंपिंग कॉलेज है सैम्पटन। बिल्कुल आएगा वीजा, तुसी क्यों कंफ्यूज हो, वीजा नहीं आएगा। अच्छा कॉलेज है तुहाडा, वधी आएगा वीजा, आ जाएगा, निकल जाएगा वीजा। बस फाइल थोड़ी अच्छे तरीके ना पुट ऑन होनी चाहिए है, SOP दे उत्ते अच्छा वर्कआउट होना चाहिए है, कॉलेज भी थोड़ा अच्छा है, आराम ना वीजा निकल सकता है। जे फाइल नू वधिया तरीके ना पर रिप्रेजेंट किया है और वीजा अफसर साड़ी फाइल तो सैटिस्फाई हो जाए और जिहड़ा तुसी कॉलेज है वह भी SDS कॉलेज लिया हो, आराम ना थोड़ा जिहड़ा है वीजा निकल जाएगा। जी सो गुरप्रीत मैम, तुसी भी मानते हो भी SOP दा रोल इज वेरी इंपॉर्टेंट जो असी फाइल जिहड़ी हैगी एम्बेसी विच लगाने हैं। बिल्कुल मैम, जदों असी फाइल नू एम्बेसी दे विच लगाने हैं, SOP एक बेस आ तुहाडा कि जिहड़ा ओवरऑल व्यू लैन तो बाद वीजा अफसर तुहानू जिहड़ा है वीजा ग्रांट करदा है। पूरी तुहाडी स्टोरी लिखी हुंदी है तुहाडे प्रोफाइल दे उत्ते, कई बार वीजा अफसर तुहाडे डॉक्यूमेंट्स नहीं चैक करदा, तुहाडी जिहड़ी है SOP दे उत्ते ही वेख के तुहानू वीजा ग्रांट करदा है। जी नेक्स्ट कॉलर, हैलो हेलो हेलो मैडम सत श्री अकाल। हाँ जी मैम सत श्री अकाल। हाँ जी कौन बोल रहे हो? हाँ जी मैम मैं खुशी स्टूडेंट बोल रही हूँ, देख रही हूँ। हाँ जी खुशी की सवाल है थोड़ा। हेलो हाँ जी की सवाल है थोड़ा, की पूछना है? हेलो सो फोन कटे गया सी, जदों तुसी कॉल कर दो ना उस वेले TV दी आवाज़ नूं बंद कर लिया करो, ता ही तुसी अपनी आवाज़ जिहड़ी है तुहाडी साडे तक पहुँचेगी ते सानूं सही तरीके दे नाल तुसी सुन पाओगे। देश परदेश लाइव प्रोग्राम देख रहे हो जी ते क्रिएटिव फ्यूचर तो मैडम गुरप्रीत ने ते नेक्स्ट कॉलर भी साडे नाल ने। हैलो हैलो सो फोन फिर कटिया गया सी। गुरप्रीत मैम असी गल कर रहे जी जिहड़े रिफ्यूजल दे नाल नाल SOP दा जिहड़ा इस बारे राइट। हुण मेन इनटेक दे विच किदां दी एक्सपेक्टेशंस सारे स्टूडेंट्स करन इस बारी एम्बेसी दे रिजल्ट तो? देखो कविता जी, रिजल्ट्स नूं लैके मैं हमेशा इको गल करती हुंनी आ कि जदों तुसीं कॉलेज SDS लिया वधिया कॉलेज आ, तुहाडा क्राइटेरिया मैच कर रहा है और तुसीं वधिया तरीके नाल फाइल नूं रिप्रेजेंट कीता वीजा अफसर दे सामने और SOP दे उत्ते अच्छा वर्कआउट है, मे बी कॉल आ गई तुहाडी। जी हैलो हां जी हां जी मैं खुशी स्टूडेंट बोल रही हूं। हां जी खुशी सवाल दसो। हां जी मैं ना आपके क्लास में हूं। ओके क्लास में रिफ्यूरी हो गई तो मैम मैं कोई IELTS वाला मतलब कि कोई सेंटर मतलब अच्छा है मैम मुझे तुसी IELTS करनी है हले राइट? जी जी मैं करनी। जी ओके ठीक है। खुशी केड़ी जगह तो गल कर रहे हो तुसी? अमृतसर तो। ओके चलो तुसी TV दे उपर हुण ध्यान देना ते जवाब उत्थे सुनना। सो स्टूडेंट जी जिन्हां ने +2 कीती है हुण IELTS दे वल भी थोड़ा फोकस करन दी तैयारी दे विच ने भी कित्थे वधिया जा हो जाए। 6E IELTS स्कोर नूं आपां टारगेट करना है। हुण जे आपां कोचिंग सेंटर दी गल करिए किथे जावां कि मैं किते भी प्रेफर नहीं करांगी, जो तुहाडे घर दे नज़दीक आ तुहानूं कंफर्टेबल और तुहानूं समझ आ रही है उस ट्यूटर दी ते उत्ते अपनी तुसीं कोचिंग लै लो। कोई भी किसी में एक ब्रांड नूं लैके जा, मैं तुहानूं कहां कि एक IELTS स्कोर दे उत्ते ही तुसीं ₹1,00,000 ला दो, ओह गलत चीज़ आ क्योंकि प्रैक्टिस तुहाडी आ, तुसीं करना है, तुसीं सीखना है। हर ट्यूटर वधिया हुंदा है, हर ट्यूटर अपने हिसाब नाल वधिया चीज़ां तुहानूं जिहड़ियां गाइड करदा है, बट जिहड़ा IELTS दा पेपर है प्रैक्टिस दे उत्ते आ, तुसी किन्नी प्रैक्टिस करदे हो, तुसी लिसनिंग दे उत्ते किन्ना वर्कआउट करदे हो, किन्नी इंग्लिश मूवीज़ देखदे हो, किन्ने तुसी इंग्लिश न्यूज़ दे नाल रेलेवेंसी नाल तुसी वर्कआउट करदे हो, क्योंकि ये तुहाडा रूटीन होना चाहिए इन्हां चीज़ां दा। जदों तुसी IELTS दे पेपर दी तैयारी कर रहे हुंदे आ, दे रहे हुंदे आ, ग्रामर तुहाडी किन्नी कु स्ट्रोंग है ये तुहाडे उत्ते डिपेंड करदा है कि तुसी कित्थे कोचिंग लै के, पर 6 ईच दी तैयारी करके आपां पेपर दे। जी हैलो हां जी हैलो मैम। हां जी कौन बोल रहे हो? और आया है
और बाकी सभी में 6-6 है, एक में 6.5 है और एक में 5 है रीडिंग में। तो क्या मेरा लग जाएगा कैनेडा में वीजा? आपकी एजुकेशन आपने क्या बताई? प्लस टू नॉन मेडिकल। कब की है? 2020 में? हाँ जी। कितने नंबर के साथ? 84% के साथ। ओके चलो। अच्छा असं ये भी देख रहे हैं ना, एक पास तो 2020 दे पढ़े हैं, उस तो बाद असं आइल्स ही करी जा रहे हैं, फिर भी 5 बैंड लैके बैठ गया, हूँ फिर असं आइल्स करांगे, फिर एक साल खराब हो गया। गुरप्रीत मैम है ना? बिल्कुल कविता जी, मैं इतने प्रैफर नहीं करूँगी कि बच्चे नू कि हूँ दोबारा हाँ। पेपर दे, तो इन्हों इसे आइलट्स स्कोर से अप्लाई कर लेना चाहिए है। 84% ऑफ बच्चे की अकैडमिक चो बहुत अच्छी परसेंटेज है। इस बिहाफ से आप आराम नाल ईजीली वीज़ा ले लेंगे, वीज़ा अफसर तो थानू अप्लाई कर लेना चाहिए। मई इनटेक अपने हाथ चो नहीं गवाना चाहिए। जिमें बच्चे ने पूछा मेरा कैनेडा का वीज़ा आजूगा, बिल्कुल आजूगा, कल आइलेट स्कोर के उत्ते वीज़ा ग्रांट नहीं होना, ओवरऑल प्रोफाइल का व्यू लैन तो बाद ही वीज़ा अफसर थानू वीज़ा ग्रांट करता है। आप जो कोर्स लेना है, क्राइटीरिया कितने लेना है, कि लोकेशन पर लेना है, और कितने असी अपने क्राइटीरिया मैच कर सकते हैं, और ਕਿਹੜੀ ਜਗ੍ਹਾ 'ਤੇ ਅਸੀਂ ਅਪਲਾਈ ਕਰੀਏ, ਉਹ ਸਾਰੀਆਂ ਚੀਜ਼ਾਂ ਸਾਡੇ ਵੱਲੋਂ ਗਾਈਡ ਕਰਾਂਗੇ ਅਸੀਂ ਤੁਹਾਨੂੰ। ਔਰ ਕਿ ਜਿਹੜੇ ਵੀ ਕੰਸਲਟੈਂਟ ਕੋਲ ਤੁਸੀਂ ਅਪਲਾਈ ਕਰਨਾ ਹੈ, ਇੱਕ ਵਾਰ ਉਹਦੀਆਂ ਸਾਰੀਆਂ ਚੀਜ਼ਾਂ ਨੂੰ ਦੇਖੋ ਔਰ ਸਮਝੋ ਕਿ ਤੁਹਾਨੂੰ ਸਮਝ ਆ ਰਹੀ ਹੈ ਕਿ ਤੁਹਾਨੂੰ ਤੁਹਾਡਾ ਕੰਸਲਟੈਂਟ ਕੀ ਸਮਝਾ ਰਿਹਾ ਹੈ, 1-5 ਤੇ ਉਹ ਕਿੱਥੇ ਅਪਲਾਈ ਕਰ ਰਿਹਾ। ਵਾਕਿਆ ਤੁਸੀਂ ਔਨਲਾਈਨ ਅਸੈਸਮੈਂਟ ਲੈ ਸਕਦੇ ਹੋ ਕਿ ਇੱਥੇ ਮੇਰਾ ਕ੍ਰਾਈਟੀਰੀਆ ਮੈਚ ਕਰਦਾ ਹੈ ਕਿ ਨਹੀਂ ਕਰਦਾ। ਜਿੱਥੇ ਬੱਚੇ ਦਾ ਕ੍ਰਾਈਟੀਰੀਆ ਮੈਚ ਕਰ ਜਾਂਦਾ ਹੈ, ਔਰ ਆਈਲੈਟ ਸਕੋਰ ਕਿ ਦੀ ਜਿਹੜੀ ਮੈਂ ਗੱਲ ਕਰਦੀ ਹਾਂ, 1-5 ਜਾਂ 5.5 ਜਾਂ 2-5, ਉਹਦੇ ਇਕੱਲੇ ਬਿਹਾਫ ਤੇ ਵੀਜ਼ਾ ਨਹੀਂ ਆਉਣਾ। ਕਵਿਤਾ ਜੀ 6 ਈਚ ਵਾਲੇ ਦੀ ਵੀ ਕਾਲ ਆਈ ਹੈ ਸਾਨੂੰ ਕਿ ਉਹ ਰਿਫਿਊਜ਼ ਹੋ ਗਿਆ, ਤੁਹਾਡਾ ਫਾਈਨੈਂਸ਼ੀਅਲ ਬੈਕਗਰਾਉਂਡ ਕੀ ਹੈ, ਤੁਸੀਂ SOP ਦੇ ਵਿੱਚ ਕੀ ਲਿਖਦੇ ਹੋ, ਕੋਰਸ ਕਿਹੜਾ ਲੈਂਦੇ ਹੋ, ਲੋਕੇਸ਼ਨ ਕਿਹੜੀ ਲੈਂਦੇ ਹੋ, ਉਹਨਾਂ ਚੀਜ਼ਾਂ ਦੇ ਉੱਤੇ ਡਿਪੈਂਡ ਹੈ ਤੁਹਾਡਾ ਵੀਜ਼ਾ। ਇਕੱਲੇ ਆਈਲੈਟ ਸਕੋਰ ਦੇ ਉੱਤੇ ਤੁਹਾਡਾ ਵੀਜ਼ਾ ਡਿਪੈਂਡ ਨਹੀਂ ਹੈ, ਨਹੀਂ ਤਾਂ 6 ਈਚ ਵਾਲਾ ਬੱਚਾ ਕਦੀ ਵੀ ਰਿਫਿਊਜ਼ ਨਾ ਹੋਵੇ, ਜਿਨ੍ਹਾਂ ਦੇ 6 ਈਚ ਆਈਲੈਟ ਸਕੋਰ ਹੁੰਦੇ ਨੇ, ਚਾਹੇ ਓਵਰਆਲ ਵੀ 5.5 ਨੇ ਬੱਚੇ ਦੇ, ਪਲੱਸ 2 ਕੀਤੀ ਹੋਈ ਆ ਆਪਣੇ ਕੋਲ ਆਵੇ, ਆਪਾਂ ਵੀਜ਼ਾ ਜ਼ਰੂਰ ਲੈ ਕੇ ਦਿਖਾਵਾਂਗੇ ਬੱਚੇ ਨੂੰ ਕਿਵੇਂ ਲਿਆ ਜਾਂਦਾ, ਉਹਨਾਂ ਚੀਜ਼ਾਂ ਨੂੰ ਕਿਵੇਂ ਆਪਾਂ ਵੀਜ਼ਾ ਅਫਸਰ ਨੂੰ ਕਿਵੇਂ ਫੋਲੋ ਕਰਨਾ, ਉਹ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਹੀ ਆਪਾਂ ਅੱਗੇ ਚੱਲਾਂਗੇ, ਅਤੇ ਇਕੱਲੇ ਆਈਲੈਟ ਸਕੋਰ ਦੇ ਪਿੱਛੇ ਬੱਚੇ ਨਾ ਪੈਣ, ਜੇ ਗੈਪ ਵੱਧ ਰਿਹਾ ਤਾਂ ਉਹ ਵੀ ਬੱਚੇ ਦਾ ਪ੍ਰੋਫਾਈਲ ਨੈਗੇਟਿਵ ਵੱਲ ਜ਼ਰੂਰ ਜਾ ਰਿਹਾ ਜੀ। ਨੈਕਸਟ ਕਾਲਰ, ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? हाँ जी मैम, मैं अमीशा अमृतसर से बोल रही हूँ। हाँ जी, की सवाल है? हाँ जी मैम, मैं ना 2019 से प्लस टू की थी, देन मेरे पहले मैं पीटी की थी, मेरे 59 स्कोर आए, तो मैं मॉन्ट्रियल अप्लाई की था एम कॉलेज, तो थे विड्रॉल करता तो सस्पेंशन लगी, फाइन नहीं लगी। फिर देन मैं फिर आइल्स नहीं की थी, क्योंकि मैंने सीखा कि मैं एचटीएल से अपनी फाइल लगानी है, तो मैं आइल्स की थी। देन मैं नाइग्रा कॉलेज सितंबर का अप्लाई किया, 22 सितंबर का। ठीक है ठीक है। ते मेरा लाइक मेरे ना थोड़ा डाउट आ कि मेरा कोर्स नहीं रेलेवेंट है, लाइक मैं आर्ट्स की थी अभी इकोनॉमिक्स, तो मैं नाइग्रा कॉलेज से लेता हूँ बिजनेस एडमिनिस्ट्रेशन। जी चलो, हुन तो अप्लाई किया होया है ना, हुन डाउट ना करो। जे वीजा अफसर तुहानूं जे तुहाडा कोर्स रेलेवेंट नहीं है तो ये हुण आपां डाउट नहीं कर सकते, बल्कि वीज़ा अफसर की जो तुहानू कॉल आती है तो उन्होंने सैटिस्फाई कराने की कोशिश करो कि मैं रेलेवेंसी क्यों नहीं ली, मेरा की मकसद है, मेरा पढ़ने के बाद मेरा ये मकसद है, मैं इतने जॉब करना चाहनी हाँ। जो भी तुसी कोर्स लिया हुण उहदे ते कॉन्फिडेंट रहो, क्योंकि जदों आपां फाइल हुण यही गलतियां दी आपां वार वार गल करते हैं, जदों तुसी अपने कंसल्टेंट कोल जाने ना ये चीज़ां देख के और सोच समझ के लाया करो, समझिया करो प्रोफाइल नूं की रेलेवेंसी है कि नहीं है। बाद दे विच हुण जदों वीज़ा अफसर कोल फाइल चली गई, हुण आपां रब भरोसे हाँ, हुण आपदी चीज़ ते कॉन्फिडेंट रहो, वीज़ा अफसर दी जे कॉल भी आउंदी आ ते उहनूं सैटिस्फाई कराउण दी और उहनूं जवाब देण दी कोशिश करो कि मैं कोर्स क्यों लिया सी, मेरे ए सपने ए ड्रीम आ मैं फुलफिल करना चाहुंदी आ, ते कि जिस भी रीज़न करके तुसीं ए कोर्स लिया अपने वो रीज़न्स अपने वीज़ा अफसर नूं कॉन्फिडेंसली दो, तां कि वीज़ा अफसर तुहानूं वीज़ा ग्रांट कर दे। जी देश परदेश लाइव प्रोग्राम जी, ए सिर्फ ते सिर्फ तुहाडे सारे वास्ते है, जिथे तुसी घर बैठ के हुण अपना सवाल डिस्कस कर दो, यानी कि तुहानूं हुण दूर जाण दी भी जरूरत नहीं पैंदी। सो फिलहाल जी नेक्स्ट कॉलर। हेलो हेलो। हां जी सत श्री अकाल। हां जी कौन बोल रहे हो? मैम मैं इत्थों बोल रहा हूं, मैंने पोस्टल वेक्टर में अपनी फाइल लगी हुई थी। ओके ठीक है। हां जी मैम, तो और बारे में अपडेट आ रही है जी, जी वो बंद कर दिया गया, ओपन वर्क परमिट की फाइल लग रही है, वो उसके बारे में पता करना। अच्छा, ओपन वर्क परमिट वास्ते अप्लाई किया हुआ है? हां
ਹਾਂਜੀ ਮੇਰੀ ਵਾਈਫ ਬਾਹਰ ਨੇ ਸਕੂਲ ਦਾ ਲੜਾਈ ਹੋਈ ਠੀਕ ਹੈ ਕਿੰਨਾ ਟਾਈਮ ਹੋ ਗਿਆ ਅਪਲਾਈ ਕੀਤੇ ਤੁਹਾਨੂੰ ਵੈਸੇ ਮੈਮ ਮੈਂ ਇਹਦਾ 25 ਨਵੰਬਰ ਨੂੰ ਉਹ ਸੀ ਲਗਾਇਆ ਮੈਂ ਤੇ ਜੀ ਅੱਛਾ ਤੁਹਾਡੇ ਬਾਇਓਮੈਟ੍ਰਿਕ ਨਵੰਬਰ ਸੌਰੀ ਹੋ ਗਏ ਨੇ ਨਾ ਬਾਇਓਮੈਟ੍ਰਿਕ ਸਤੰਬਰ ਬਾਇਓਮੈਟ੍ਰਿਕ ਹਾਂ ਜੀ ਹਾਂ ਜੀ ਮੈਨੂੰ ਵੀ ਨਹੀਂ ਹੋ ਰਹੀ ਠੀਕ ਹੈ ਠੀਕ ਹੈ ਓਪਨ ਵਰਕ ਪਰਮਿਟ ਵਾਲਿਆਂ ਵਾਸਤੇ ਕੀ ਅਪਡੇਟ ਹੈ ਮੀਨਸ ਕੀ ਚੱਲ ਦੇਖੋ ਕਵਿਤਾ ਜੀ ਹਜੇ ਸਿਰਫ ਅਫਵਾਹਾਂ ਨੇ ਕਿ ਮਾਰਕੀਟ ਦੇ ਵਿੱਚ ਇਹ ਚੀਜ਼ ਚੱਲ ਰਹੀ ਆ ਕਿ ਵਰਕ ਪਰਮਿਟ ਜਿਹੜਾ ਇਹਨਾਂ ਨੇ ਬੰਦ ਕਰ ਦੇਣਾ ਹੈ ਸਪਾਊਸ ਨੂੰ ਵਰਕ ਪਰਮਿਟ ਨਹੀਂ ਦਿੱਤਾ ਜਾਣਾ ਜਦੋਂ ਤੁਹਾਡੇ ਸਪਾਊਸ ਉਧਰ ਜਿਹੜਾ ਮੇਨ ਐਪਲੀਕੈਂਟ ਆ ਉਹਦੀ ਸਟੱਡੀ ਕੰਪਲੀਟ ਹੋ ਜੂਗੀ ਉਹ ਵਰਕ ਪਰਮਿਟ ਤੇ ਹੋ ਜੂਗਾ ਫਿਰ ਦੂਜੇ ਸਪਾਊਸ ਨੂੰ ਜਿਹੜਾ ਹੈ ਕਿ ਉਹਨੂੰ ਵੀਜ਼ਾ ਗ੍ਰਾਂਟ ਹੋਏਗਾ ਇਹੋ ਜਿਹੀ ਹਜੇ ਕੋਈ ਵੀ ਅਪਡੇਸ਼ਨ ਨਹੀਂ ਹੈ ਮਨ ਘੜਤ ਦੋ ਸਟੋਰੀਆਂ ਮੈਂ ਇੱਥੇ ਬੋਲ ਲੂੰਗੀ ਉਹਦੇ ਉੱਤੇ ਬਿਲੀਵ ਨਾ ਕਰੋ ਤੁਸੀਂ ਫਾਈਲ ਆਪਣੀ ਲਾ ਚੁੱਕੇ ਹੋ ਵੀਜ਼ਾ ਅਫਸਰ ਨੇ ਤੁਹਾਡੀ ਫਾਈਲ ਲੈ ਲਈ ਹੈ ਹੁਣ ਉਸ ਰੂਲ ਐਂਡ ਰੈਗੂਲੇਸ਼ਨ ਜਿਹੜੇ ਚੱਲ ਰਹੇ ਨੇ ਉਹਦੇ 'ਚ ਫਾਈਲ ਲੱਗ ਗਈ ਆ ਭਾਵੇਂ ਕੱਲ੍ਹ ਨੂੰ ਤੁਹਾਡੀ ਬਾਇਓਮੈਟ੍ਰਿਕ ਤੋਂ ਬਾਅਦ ਕੱਲ੍ਹ ਨੂੰ ਰੂਲ ਐਂਡ ਰੈਗੂਲੇਸ਼ਨ ਚੇਂਜ ਹੋ ਜਾਣ ਪਰ ਤੁਹਾਡੀ ਪ੍ਰੋਫਾਈਲ ਦੇ ਉੱਤੇ ਕੋਈ ਵੀ ਇਫੈਕਟ ਨਹੀਂ ਆਏਗਾ ਨਹੀਂ ਪਏਗਾ ਬਟ ਮੈਂ ਸਾਰੇ ਸਪਾਊਸ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਹਜੇ ਕੋਈ ਰੂਲ ਰੈਗੂਲੇਸ਼ਨ ਚੇਂਜ ਨਹੀਂ ਹੋਇਆ ਮੈਂ ਆਪਣੀ ਵਿਊਅਰਸ਼ਿਪ ਤੁਹਾਨੂੰ ਡਰਾਉਣ ਦੇ ਲਈ ਵਧਾਉਣ ਦੇ ਲਈ ਮੈਂ 10 ਯੂਟਿਊਬ ਦੇ ਉੱਤੇ ਵੀਡੀਓ ਪਾ ਦੂੰਗੀ ਉਹਦੇ 'ਚ ਮੇਰੇ ਵਿਊ ਵਧਣਗੇ ਕਿਉਂਕਿ ਇੱਕ ਉਹ ਨਿਊਜ਼ ਹੈ ਕਿ ਜਿਹਨੂੰ ਹਰ ਸਪਾਊਸ ਸੁਣਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਚੀਜ਼ਾਂ ਦੇ ਉੱਤੇ ਹਜੇ ਬਿਲਕੁਲ ਕੋਈ ਵੀ ਸਪਾਊਸ ਡਰੇ ਨਾ ਇਸ ਚੀਜ਼ ਦੇ ਉੱਤੇ ਫੋਕਸ ਨਾ ਕਰੇ ਹਜੇ ਕਵਿਤਾ ਜੀ ਮੇਨ ਐਪਲੀਕੈਂਟ ਨੇ ਅਪਲਾਈ ਕਰਨਾ ਵਿਆਹ ਕਰਾਉਣਾ ਉਹਨਾਂ ਨੇ ਅਤੇ ਉਹਨਾਂ ਨੂੰ ਪਹਿਲਾਂ ਹੀ ਫਿਕਰ ਪੈ ਗਈ ਆ ਮੇਰੀ ਕੰਪਨੀ ਦੇ ਵਿੱਚ ਕੱਲ੍ਹ 2 ਕਾਲਸ ਆਈਆਂ ਕਿ ਕੀ ਬਣ ਰਿਹਾ ਜੀ ਕੀ ਸਪਾਊਸ ਬੰਦ ਕਰ ਰਿਹਾ ਹਜੇ ਕੋਈ ਵੀ ਇਹੋ ਜਿਹੀ ਨਿਊਜ਼ ਵੀਜ਼ਾ ਅਫਸਰ ਵੱਲੋਂ ਕੈਨੇਡੀਅਨ ਗਵਰਨਮੈਂਟ ਵੱਲੋਂ ਕੋਈ ਵੀ ਇਹੋ ਜਿਹੀ ਨਿਊਜ਼ ਨਹੀਂ ਆਈ ਨਾ ਦਿੱਤੀ ਗਈ ਆ ਨਾ ਇਹਦੇ ਉੱਤੇ ਹਜੇ ਕੋਈ ਵੀ ਉਹਨਾਂ ਨੇ ਅਪਡੇਸ਼ਨ ਜਿਹੜੀ ਆ ਲਾਗੂ ਕਰਨ ਦੀ ਗੱਲ ਕੀਤੀ ਹੈ ਇਹ ਸਿਰਫ ਅਸੀਂ ਲੋਕ ਆ ਜਿਹੜੀਆਂ ਗੱਲਾਂ ਬਣਾ ਰਹੇ ਹਾਂ ਇਹਨਾਂ ਗੱਲਾਂ ਦੇ ਉੱਤੇ ਅਫਵਾਹਾਂ ਦੇ ਉੱਤੇ ਬਿਲੀਵ ਨਾ ਕਰੋ ਜਿਹੜੇ ਸਪਾਊਸ ਨੇ ਅਪਲਾਈ ਕਰਨਾ ਉਹ ਵੀ ਅਪਲਾਈ ਕਰੇ ਮੇਨ ਐਪਲੀਕੈਂਟ ਨੇ ਅਪਲਾਈ ਕਰਨਾ ਉਹ ਵੀ ਅਪਲਾਈ ਕਰੇ ਹਾਂ ਕੁਝ ਚੀਜ਼ਾਂ ਚੇਂਜ ਹੋ ਸਕਦੀਆਂ ਮੈਨੂੰ ਨਹੀਂ ਲੱਗਦਾ ਕਿ ਸਪਾਊਸ ਬੰਦ ਕਰ ਦਿੱਤਾ ਜਾਊਗਾ ਕਿਤੇ ਨਾ ਕਿਤੇ ਲੇਬਰ ਕੈਨੇਡਾ ਨੂੰ ਵੀ ਚਾਹੀਦੀ ਆ ਆਸਟ੍ਰੇਲੀਆ ਨੂੰ ਵੀ ਚਾਹੀਦੀ ਆ ਉਹ ਲੇਬਰ ਉਹੀ ਆ ਜਿਹੜੀ ਮੇਨ ਐਪਲੀਕੈਂਟ ਦਾ ਸਪਾਊਸ ਜਾ ਕੇ ਉੱਥੇ ਕੰਮ ਕਰਦਾ ਹੈ ਅਤੇ ਆਪਣੇ ਸਪਾਊਸ ਦੀ ਜਿਹੜੀ ਫੀਸ ਭਰਦਾ ਉਸ ਕੰਟਰੀ ਨੂੰ ਟੈਕਸ ਪੇ ਕਰਦਾ ਹੈ ਇਹ ਚੀਜ਼ਾਂ ਇੰਨੀ ਜਲਦੀ ਨਹੀਂ ਹੁੰਦੀਆਂ ਹਾਂ ਤੁਹਾਡੀ ਮੈਰਿਜ ਜੈਨੂਅਨ ਜਾਂ ਨਹੀਂ ਜੈਨੂਅਨ ਰੂਲ ਸਟ੍ਰਿਕਟ ਹੋ ਸਕਦੇ ਨੇ ਤੁਹਾਡੀ ਮੈਰਿਜ ਨੂੰ ਪ੍ਰੂਫ ਇਟ ਕਰਨ ਲਈ ਜਾਂ 5 ਮਹੀਨੇ ਪਹਿਲਾਂ ਦੀ ਮੈਰਿਜ ਚਾਹੀਦੀ ਹੈ ਜਾਂ 6 ਮਹੀਨੇ ਪਹਿਲਾਂ ਦੀ ਮੈਰਿਜ ਚਾਹੀਦੀ ਹੈ ਰਜਿਸਟਰਡ ਚਾਹੀਦੀ ਹੈ ਉਹਦੇ 'ਚ ਕੀ ਡਾਕੂਮੈਂਟ ਉਹ ਚੀਜ਼ਾਂ ਚੇਂਜਿੰਗ ਹੋ ਸਕਦੀਆਂ ਹਜੇ ਸਪਾਊਸ ਨੂੰ ਬੰਦ ਕਰਨ ਦੀ ਕੋਈ ਵੀ ਇਹੋ ਜਿਹੀ ਨਿਊਜ਼ ਅਪਡੇਟ ਨਹੀਂ ਜੀ ਸੋ CFC ਤੋਂ ਮੈਡਮ ਗੁਰਪ੍ਰੀਤ ਜੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜੀ ਸਾਡੇ ਸ਼ੋਅ ਦੇ ਵਿੱਚ ਸਵਾਲਾਂ ਦੇ ਜਵਾਬ ਦੇ ਵਿੱਚ ਸਾਡੇ ਸਟੂਡੈਂਟਸ ਨੂੰ ਆਈ ਐਮ ਸ਼ੋਰ ਜੀ ਕਿ ਜੋ ਵੀ ਇਨਫੋਰਮੇਸ਼ਨ ਇੱਥੇ ਪ੍ਰੋਵਾਈਡ ਕੀਤੀ ਗਈ ਉਹ ਤੁਹਾਡੇ ਜ਼ਰੂਰ ਕੰਮ ਆਵੇ ਸੋ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਮੈਮ ਧੰਨਵਾਦ ਜੀ ਤੁਹਾਡਾ ਥੈਂਕ ਯੂ ਕਵਿਤਾ ਜੀ ਸੋ ਸਾਡੇ ਸਟੂਡੈਂਟ ਜੀ 5.5 ਬੈਂਡ ਇੱਕ ਮੈਡਿਊਲ ਦੇ ਵਿੱਚੋਂ ਮੇਨ ਇਨਟੇਕ ਸਰਕਾਰੀ ਕਾਲਜਸ ਦੀਆਂ ਆਪਸ਼ਨਸ ਅੱਜ ਵੀ ਤੁਹਾਡੇ ਵਾਸਤੇ ਜਿਹਦੇ ਵਿੱਚ ਮਦਦ ਕਰਨਗੇ ਜੀ CFC ਕ੍ਰੀਏਟਿਵ ਫਿਊਚਰ ਅਤੇ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਜ਼ਰੂਰ ਕਰ ਸਕਦੇ ਹੋ ਬਾਕੀ ਤੁਹਾਨੂੰ ਸਾਰਿਆਂ ਨੂੰ ਕਾਲ ਬੈਕ ਜ਼ਰੂਰ ਆ ਜਾਏਗੀ ਆਪਣਾ ਖਿਆਲ ਰੱਖੋ ਜੀ ਨੈਕਸਟ ਟਾਈਮ ਫਿਰ ਮੁਲਾਕਾਤ ਕਰਾਂਗੇ ਸਤਿ ਸ਼੍ਰੀ ਅਕਾਲ